ਸਤਿ ਸ਼੍ਰੀ ਅਕਾਲ ਨਮਸਤੇ ਗੁੱਡ ਈਵਨਿੰਗ ਮੈਂ ਡਾਕਟਰ ਨਿਤਿਨ ਸ਼ੰਕਰ ਬਹਿਲ ਐਡੀਸ਼ਨਲ ਡਾਇਰੈਕਟਰ ਪੇਟ ਔਰ ਲੀਵਰ ਬਿਮਾਰੀਆਂ ਦਾ ਫੋਰਟਿਸ ਹੋਸਪਿਟਲ ਲੁਧਿਆਣਾ ਤੋਂ ਅੱਜ ਤੁਹਾਡੇ ਨਾਲ 2 ਮਿੰਟ ਲਵਾਂਗਾ ਇਹ 2 ਮਿੰਟ ਮੈਂ ਤੁਹਾਨੂੰ ਇੱਕ ਬਿਮਾਰੀ ਬਾਰੇ ਦੱਸਣਾ ਚਾਹੁੰਦਾ ਮੈਂ ਜਿਹੜੀ ਕਿ ਅਸੀਂ ਹੈਰਾਨੀ ਹੈ ਜਿਹਨੂੰ ਅਸੀਂ ਜੜ੍ਹ ਤੋਂ ਖਤਮ ਕਰਨਾ ਹੈ ਜਿਹਦਾ ਨਾਮ ਹੈ ਵਾਇਰਲ ਹੈਪੇਟਾਈਟਿਸ ਹੈਪੇਟਾਈਟਿਸ ਬੀ ਐਂਡ ਸੀ ਜਿਹਨੂੰ ਅਸੀਂ ਪੰਜਾਬੀ 'ਚ ਕਾਲਾ ਪੀਲੀਆ ਕਹਿੰਦੇ ਹਾਂ ਇਸ ਵਾਇਰਸ ਦੇ ਨੂੰ ਅਸੀਂ ਬਿਲਕੁਲ ਉੱਦਾਂ ਹੀ ਲੜਨਾ ਹੈ ਸੁਚੇਤ ਹੋ ਕੇ ਜਿੱਦਾਂ ਅਸੀਂ ਅੱਜ ਕਰੋਨਾ ਦੇ ਖਿਲਾਫ ਲੜਾਈ ਲੜਦੇ ਪਏ ਹਾਂ ਇਹ ਵਾਇਰਸ ਪੰਜਾਬ 'ਚ ਕਾਮਨ ਹੈ ਹੈਪੇਟਾਈਟਿਸ ਬੀ ਐਂਡ ਸੀ ਪੰਜਾਬੀਆਂ 'ਚ ਆਪਾਂ ਪਿੰਡਾਂ 'ਚ ਦੇਖਦੇ ਹਾਂ ਕਾਲੇ ਪੀਲੀਏ ਦੇ ਨਾਂ ਨਾਲ ਜਾਣਦੇ ਹਾਂ ਲੀਵਰ ਖਰਾਬ ਕਰਦਾ ਵੈ ਲੀਵਰ ਖਰਾਬ ਹੋਣ ਕਰਕੇ ਪੇਟ 'ਚ ਪਾਣੀ ਭਰਦਾ ਵੈ ਪਾਣੀ ਵੀ ਭਰਦਾ ਵੈ ਖੂਨ ਦੀ ਉਲਟੀ ਵੀ ਆਉਂਦੀ ਹੈ ਦਿਮਾਗ 'ਤੇ ਸੋਝਾ ਆ ਜਾਂਦਾ ਹੈ ਵੈਂਟੀਲੇਟਰ 'ਤੇ ਜਾਣ ਦੀ ਲੋੜ ਪੈ ਜਾਂਦੀ ਹੈ ਡਾਇਲਸਿਸ ਦੀ ਲੋੜ ਪੈ ਜਾਂਦੀ ਹੈ ਅਤੇ ਲੀਵਰ ਕੈਂਸਰ ਵੀ ਹੋ ਸਕਦਾ ਵੈ ਪਰ ਇਸ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ ਜੇ ਸਾਨੂੰ ਪਤਾ ਲੱਗ ਜਾਏ ਕਿ ਬਿਮਾਰੀ ਹੁੰਦੀ ਕਿਉਂ ਹੈ ਇਹ ਬਿਮਾਰੀ ਵਾਇਰਸ ਜਿਹੜਾ ਵੈ ਪਾਣੀ ਨਾਲ ਨਹੀਂ ਹੁੰਦਾ ਇਹ ਵਾਇਰਸ ਜਿਹੜਾ ਕਾਲਾ ਪੀਲੀਆ ਹੈ ਇਹ ਸੂਈਆਂ ਨਾਲ ਨੀਡਲਸ ਨਾਲ ਟੈਟੂਇੰਗ ਨਾਲ ਨਸ਼ਿਆਂ ਨਾਲ ਜੇ ਆਪਾਂ ਸੂਈਆਂ ਸ਼ੇਅਰ ਕਰਦੇ ਹਾਂ ਜਾਂ ਸਾਫ ਬਲੱਡ ਨਾ ਹੋਏ ਜਾਂ ਕੋਈ ਬਲੱਡ ਪ੍ਰੋਡਕਟ ਇੱਦਾਂ ਦਾ ਇਸਤੇਮਾਲ ਕੀਤਾ ਜਾਏ ਜਿਹੜਾ ਟੈਸਟ ਨਾ ਕੀਤਾ ਹੋਏ ਉਹਦੇ ਨਾਲ ਇਹ ਵਾਇਰਸ ਫੈਲਦਾ ਹੈ ਪੂਰੇ ਹਿੰਦੁਸਤਾਨ 'ਚ ਵਾਇਰਸ 2 ਨੰਬਰ 'ਤੇ 2% ਹੈ ਆਪਾਂ ਇੰਡੀਆ ਪੰਜਾਬੀ ਜਿਹੜੇ ਨੇ 6% 'ਤੇ ਹਾਂ ਯਾਨੀ ਪੰਜਾਬੀ ਜਿਹੜੇ ਹਾਂ ਅਸੀਂ ਇਸ ਕਾਲੇ ਪੀਲੀਏ 'ਚ ਵੀ ਪੂਰੇ ਹਿੰਦੁਸਤਾਨ 'ਚ 1 ਹੈ ਜੋ ਕਿ ਅੱਛੀ ਗੱਲ ਨਹੀਂ ਹੈ ਇਹ 1 ਅਸੀਂ ਨਹੀਂ ਲੈਣਾ ਹੈ ਅੱਜ ਅਸੀਂ ਮਿਸ਼ਨ ਫਤਿਹ ਦੀ ਗੱਲ ਕਰਦੇ ਹਾਂ ਅਸੀਂ ਕਰਦੇ ਹਾਂ ਕਿ ਅਸੀਂ ਕਰੋਨਾ ਨੂੰ ਹਰਾਉਣਾ ਹੈ ਉੱਦਾਂ ਹੀ ਅਸੀਂ ਇਹ ਮਿਸ਼ਨ ਲੈਣਾ ਹੈ ਕਿ ਅਸੀਂ ਕਿੱਦਾਂ ਇਸ ਵਾਇਰਸ ਨੂੰ ਹਰਾਈਏ ਔਰ ਪੰਜਾਬ ਤੋਂ ਇਹਨੂੰ ਵਾਇਰਸ ਤੋਂ ਮੁਕਤ ਕਰੀਏ ਇਹਦੇ ਲਈ ਸਾਨੂੰ ਜਿਹੜੀ ਚੀਜ਼ ਸਮਝਣੀ ਹੈ ਕਿ ਸਾਨੂੰ ਸੂਈਆਂ ਸ਼ੇਅਰ ਨਹੀਂ ਕਰਨੀਆਂ ਨੀਡਲ ਸ਼ੇਅਰ ਨਹੀਂ ਕਰਨੀਆਂ ਸਾਨੂੰ ਟੈਟੂਇੰਗ ਦੇ ਵੇਲੇ ਧਿਆਨ ਰੱਖਣਾ ਵੈ ਸਾਨੂੰ ਸ਼ੇਵਿੰਗ ਬਲੇਡ ਦੂਰ ਰੱਖਣੀ ਹੈ ਸਾਨੂੰ ਆਪਣੇ ਜਿਹੜੇ ਯਾਰ ਮਿੱਤਰ ਨੇ ਜਿਨ੍ਹਾਂ ਨੂੰ ਇਹ ਵਾਇਰਸ ਹੋਣ ਦੇ ਚਾਂਸਿਸ ਨੇ ਅਸੀਂ ਉਹਨਾਂ ਨੂੰ ਟੈਸਟ ਕਰਾਉਣ ਲਈ ਕਹੀਏ ਜ਼ਿਆਦਾ ਤੋਂ ਜ਼ਿਆਦਾ ਲੋਕ ਟੈਸਟ ਕਰਾਉਣ ਲਈ ਅੱਗੇ ਆਉਣ ਤਾਂ ਕਿ ਬਿਮਾਰੀ ਨੂੰ ਪਹਿਲਾਂ ਪਤਾ ਲੱਗ ਜਾਏ ਅੱਜ ਕੱਲ੍ਹ ਇਹਦਾ ਇਲਾਜ ਬਹੁਤ ਵਧੀਆ ਤਕਰੀਬਨ 100% ਵਾਇਰਸ ਖਤਮ ਹੋ ਜਾਂਦਾ ਵੈ ਆਲਮੋਸਟ 100% ਇਰੈਡੀਕੇਸ਼ਨ ਹੈ ਕੀ ਹੈ ਵਾਇਰਸ ਨੂੰ ਬਿਲਕੁਲ ਖਤਮ ਕੀਤਾ ਜਾ ਸਕਦਾ ਵੈ ਗੋਲੀਆਂ ਨਾਲ ਗੋਲੀਆਂ ਸਸਤੀਆਂ ਵੀ ਨੇ ਕੁਝ ਗੋਲੀਆਂ ਤਾਂ ਸਰਕਾਰ ਵੱਲੋਂ ਫ੍ਰੀ ਵੀ ਮਿਲ ਰਹੀਆਂ ਨੇ ਸਿਵਲ ਹਸਪਤਾਲਾਂ 'ਚ ਸੋ ਅੱਜ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਅਸੀਂ ਇਹ ਮਿਸ਼ਨ ਬਣਾਈਏ ਕਿ ਅਸੀਂ ਪੰਜਾਬ ਨੂੰ ਕਾਲਾ ਪੀਲੀਆ ਮੁਕਤ ਕਰੀਏ ਧੰਨਵਾਦ ਥੈਂਕ ਯੂ